ਕਹਿਣਾ ਚਾਹੋਗੇ ਅੱਜ 103 ਸਭ ਖਾਨ ਸਾਹਿਬ ਨੇ ਸਾਰਾ ਕੁਝ ਤਾਂ ਕਹਿਤਾ, ਇਸ ਤੋਂ ਵੱਧ ਕੀ ਰਹਿ ਗਿਆ ਕਹਿਣ ਵਾਸਤੇ ਜੀ। ਲੇਕਿਨ ਬੀਬੀ ਜੀ, ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਨਜ਼ਰ ਆ ਰਹੇ ਨੇ, ਲਗਾਤਾਰ ਬੇਅਦਬੀਆਂ ਦੇ ਦੌਰ ਵੱਧ ਰਹੇ ਨੇ। ਸੁਖਬੀਰ ਜੀ ਦੀ ਅੱਖਾਂ ਦੇ ਵਿੱਚ ਵੀ ਉਹ ਨਾਮ ਸੀਗਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਨੇ, ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ? ਮੇਰਾ ਖਿਆਲ ਹਰੇਕ ਨੂੰ ਚਿੰਤਾ ਹੈ, ਦੁੱਖ ਵੀ ਹੈਗਾ, ਅਤੇ ਅੱਜ ਮੀਰੀ ਪੀਰੀ ਮਾਲਿਕ ਦੇ ਚਰਨਾਂ 'ਚ ਆਹੀ ਅਰਦਾਸ ਕਰਦੇ ਹਾਂ ਕਿ ਜਿਹੜੇ ਪੰਥ ਦੀ ਜਥੇਬੰਦੀ ਹੈ, ਸਿਰਮੌਰ ਜਥੇਬੰਦੀ ਜਿਹੜੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਹੈ, 103 ਸਾਲ ਪੁਰਾਣੀ, ਜਿੱਥੇ ਇਸ ਸੂਬੇ ਦੇ ਲੋਕਾਂ ਦੇ ਵੱਡੇ ਵਡੇਰਿਆਂ ਨੇ ਪੀੜ੍ਹੀ ਦਰ ਪੀੜ੍ਹੀ ਇਸ ਬਾਬੇ ਨਾਨਕ ਦੀ ਤਕੜੀ ਦਾ ਸਾਥ ਦੇ ਕੇ ਇਸ ਤਕੜੀ ਵਾਲੀ ਖੇਤਰੀ ਪਾਰਟੀ ਨੂੰ ਬੁਲੰਦ ਰੱਖਿਆ, ਜਿਸ ਪਾਰਟੀ ਨੇ ਹਰ ਤਰ੍ਹਾਂ ਦੀ ਕੁਰਬਾਨੀਆਂ ਦਿੱਤੀਆਂ ਇਸ ਸੂਬੇ ਵਾਸਤੇ, ਇਸ ਕੌਮ ਵਾਸਤੇ। ਅੱਜ ਮੀਰੀ ਪੀਰੀ ਮਾਲਿਕ ਦੇ ਚਰਨਾਂ 'ਚ ਆਹੀ ਅਰਦਾਸ ਕਰਦੇ ਨੇ ਕਿ ਇਸ ਪੰਥ ਦੀ ਪਾਰਟੀ ਨੂੰ ਇੱਕ ਵਾਰ ਫਿਰ ਮੁੜ ਉਹ ਤਾਕਤ ਬਖਸ਼ਣ, ਜਿਹੜੀ ਅੱਜ ਚੁਣੌਤੀਆਂ ਨੇ ਜਿਹੜੇ ਚਾਰੋਂ ਪਾਸੋਂ ਆਪਾਂ ਘੇਰੇ ਗਏ ਨੇ ਦਿੱਲੀ ਵਾਲੀ ਪਾਰਟੀਆਂ ਵੱਲੋਂ, ਇਹ ਦਿੱਲੀ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਤਿਹਾਸ ਗਵਾਏ ਇਸ ਗੱਲ ਦਾ। ਲੇਕਿਨ ਜੇ ਅਕਾਲ ਪੁਰਖ ਦਾ ਜਦ ਆਸ਼ੀਰਵਾਦ ਹੁੰਦਾ ਹੈ, ਫਿਰ ਭਾਵੇਂ ਜਦ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ, ਅਸੀਂ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰ ਲਿਆ, ਜਦ ਦੇਸ਼ 'ਚ ਸਰਕਾਰ ਨਹੀਂ ਬਣੀ ਸੀ, ਅਸੀਂ ਆਪਣੀ ਮਿੰਨੀ ਪਾਰਲੀਮੈਂਟ ਬਣਾ ਲਈ, ਅਤੇ ਹਮੇਸ਼ਾ ਇਸ ਪੰਥ ਨੇ, ਉਹ ਪਰਿਵਾਰਾਂ ਨੇ, ਇਸ ਪੰਥ ਨੇ ਇਸ ਪਾਰਟੀ ਦਾ ਸਾਥ ਦੇ ਕੇ ਵੱਡੀ ਚੁਣੌਤੀਆਂ ਦਾ ਤਕੜੇ ਹੋ ਕੇ ਸਾਹਮਣਾ ਕੀਤਾ ਅਤੇ ਲੜਾਈਆਂ ਲੜੀ। ਅੱਜ ਵੀ ਲੋੜ ਹੈ ਕਿ ਇਹ ਦਿੱਲੀ ਵਾਲਿਆਂ ਨੇ ਸਾਡੇ ਵਿੱਚ ਆ ਜਿਹੜੀ ਵੰਡਾ ਪਾ ਦਿੱਤੀਆਂ ਨੇ, ਜਿਹੜੇ ਆਪਣੇ ਹੀ ਕੁਛ ਏਜੰਸੀਆਂ ਦੇ ਨਾਲ ਰਲ ਕੇ ਆਪਣੇ ਹੀ ਕੌਮ ਨੂੰ ਖੋਰਾ ਲਾਉਣ 'ਚ ਲੱਗੇ ਹੋਏ ਨੇ, ਉਹਨਾਂ ਨੂੰ ਕੌਮ ਪਹਿਚਾਨੇ ਅਤੇ ਆਪਣੇ ਇੱਕ ਗ੍ਰੰਥ ਥੱਲੇ, ਇੱਕ ਪੰਥ ਥੱਲੇ, ਇੱਕ ਝੰਡੇ ਥੱਲੇ, ਆਪਾਂ ਸ਼੍ਰੋਮਣੀ ਅਕਾਲੀ ਦਲ, ਧੰਨ ਧੰਨ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲੀਏ ਤੇ ਇਕੱਠੇ ਹੋਈਏ ਤੇ ਆਪਣੇ ਸੂਬੇ ਨੂੰ ਬਚਾਈਏ। ਮੈਮ, ਜਿਸ ਤਰ੍ਹਾਂ ਕਿ ਬਿਕਰਮ ਸਿੰਘ ਮਜੀਠੀਆ ਹੋਣਾ ਵੱਲੋਂ ਜਿਸ ਤਰ੍ਹਾਂ ਹੀ ਭਗਵੰਤ ਮਾਨ ਦੇ ਖਿਲਾਫ ਕੋਈ ਵੀ ਬਿਆਨ ਦਿੱਤਾ ਜਾਂਦਾ, ਉਸ ਤੋਂ ਬਾਅਦ ਕੁਛ ਨਾ ਕੁਛ ਸਮਨਿੰਗ ਹੋ ਜਾਂਦੀ ਹੈ। ਉਹ ਪਹਿਲਾਂ ਹੀ ਕਹਿੰਦੇ ਸੀਗੇ ਕਿ ਖਿਲਾਫ ਲੈਟਰ ਆਉਣ ਵਾਲਾ ਆ, ਕਿ ਲੱਗਦਾ ਹੈ ਕਿ ਬਦਲਿਆ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ, ਬਦਲਾਵ ਦੀ ਗੱਲ ਕੀਤੀ ਗਈ ਸੀ? ਇਹ ਬੁਰੀ ਤਰ੍ਹਾਂ ਹਿਲਿਆ ਹੋਇਆ ਹੈ, ਇਹ ਸਾਰੇ ਡਰ ਦੇ ਸੰਕੇਤ ਨੇ। ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ, ਉਹ ਫਿਰ ਇਹੋ ਜਿਹੀ ਹਰਕਤਾਂ ਕਰਦਾ ਹੈ। ਜਿਹੜਾ ਬਿਕਰਮ ਵਰਗਾ ਤਕੜਾ ਯੋਧਾ ਹੁੰਦਾ ਹੈ, ਉਹ ਡਟ ਕੇ ਲੜਾਈ ਲੜਦਾ ਹੈ। ਪਿਛਲੇ ਵਾਲਿਆਂ ਨੇ ਵੀ ਜੇਲ੍ਹ 'ਚ ਸਿੱਟ ਕੇ ਦੇਖ ਲਿਆ ਸੀ, ਕੀ ਮਿਲਿਆ? ਜਿਹਨਾਂ ਨੇ ਸਾਜ਼ਿਸ਼ਾਂ ਰਚੀਆਂ ਸੀ, ਉਹ ਆਪ ਨਾਲ ਉਹਨਾਂ ਦਾ ਕੀ ਹਸ਼ੇ ਹੋਇਆ? ਇਹ ਉਹ ਦਰ ਹੈਗਾ ਜਿੱਥੇ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ। ਅਤੇ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਕਹਿਲਾਉਣ 'ਚ, ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ, ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀਓਂ ਚੱਲ ਕੇ ਆਉਂਦਾ, ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ। ਅਤੇ ਜੇ ਭਗਵੰਤ ਮਾਨ ਜੇ ਬਿਕਰਮ ਦੀ ਘਰਵਾਲੀ ਦੇ ਉੱਤੇ ਝੂਠਾ ਕੇਸ, ਮਤਲਬ ਕੋਈ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਲਈ ਅਤੇ ਫੜ ਕੇ ਉਹਨੂੰ ਸਮਨ ਕਰਤਾ ਬਿਨਾਂ ਕੋਈ ਬੇਸ ਦਾ ਕੁਛ ਵੀ, ਅਤੇ ਫਿਰ ਭਰਾਵਾ ਜਦ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ ਜਗ ਜ਼ਾਹਿਰ ਕੀਤਾ, ਜੇ ਬਿਕਰਮ ਨੇ ਉਹਦੇ ਬਾਰੇ ਟਿੱਪਣੀ ਕਰਤੀ ਤਾਂ ਚੱਕ ਕੇ ਉਹਨੂੰ। 2 ਸਾਲ ਪੁਰਾਣਾ ਕੇਸ ਜਿੱਥੇ ਨਾ ਕਾਂਗਰਸੀਆਂ ਨੂੰ ਕੁਛ ਮਿਲਿਆ, ਨਾ ਇਹਨਾਂ ਨੂੰ ਕੁਛ ਮਿਲਿਆ, ਲੇਕਿਨ ਅਕਾਲੀ ਦਲ ਦੇ ਲੀਡਰਾਂ ਨੂੰ, ਵਰਕਰਾਂ ਨੂੰ, ਬਿਕਰਮ ਨੂੰ ਡਰਾਉਣ ਧਮਕਾਉਣ ਵਾਸਤੇ ਇਹ ਯੋਧਾ ਡਰਨ ਵਾਲਾ ਨਹੀਂ ਹੈਗਾ। ਜਿੰਨਾ ਤੂੰ ਤੰਗ ਕਰੇਗਾ, ਉਹਨੇ ਤਕੜੇ ਹੋ ਕੇ ਜਿਵੇਂ ਅਕਾਲੀ ਦਲ ਉਭਰ ਕੇ ਆਉਂਦੀ ਹੈ ਨਾ, ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਅਕਾਲੀ ਦਲ ਨੂੰ ਦਬਾਉਣ ਵਾਸਤੇ। ਅੱਜ ਵੀ ਅਕਾਲੀ ਦਲ ਪਿੰਡ ਪਿੰਡ 'ਚ ਬੈਠਿਆ ਹੋਇਆ, ਭਾਵੇਂ ਚੁੱਪ ਕਰਕੇ ਜਿਸ ਦਿਨ ਇਹ ਪਾਰਟੀ ਖੜ ਜਾਏ ਦਿੱਲੀ ਵਾਲੇ, ਉਹ ਸਾਰਿਆਂ ਨੂੰ ਭਜਾ ਦੂਗੀ। ਤੇ ਬਿਕਰਮ ਤਾਂ ਕੱਲਾ ਹੀ ਭਗਵੰਤ ਮਾਨ ਨੂੰ ਕਿ ਇਹੋ ਜਿਹੇ 100 ਹੋਰ ਨੂੰ ਭਜਾ ਸਕਦਾ। ਅੱਜ ਬਟਾਲੇ ਦੇ ਵਿੱਚ ਵੀ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਉਹ ਅਕਾਲੀ ਦਲ 'ਚ ਸ਼ਾਮਿਲ ਹੋਣ ਲੱਗਦਾ ਕਿ ਪੰਜਾਬ ਨੂੰ ਫਿਰ ਤੋਂ ਦੁਬਾਰਾ ਬੂਸਟ ਮਿਲਣਾ ਸ਼ੁਰੂ ਹੋ ਗਿਆ, ਕਿਉਂਕਿ ਜਿਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਬੈਠਣੇ ਸ਼ੁਰੂ ਹੋ ਚੁੱਕੇ ਨੇ? 10 ਸਾਲਾਂ 'ਚ ਲੋਕਾਂ ਨੇ 3 ਪਾਰਟੀਆਂ ਨੂੰ ਦੇਖ ਲਿਆ ਅਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ
ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਜੀ। ਉਸ ਸਾਜ਼ਿਸ਼ ਦੇ ਤਹਿਤ ਇਹ ਸਿਰਮੌਰ ਪਾਰਟੀ ਲੋਕਪ੍ਰਿਯ ਨੇਤਾ ਸਰ ਬਾਦਲ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ, ਉਹਨਾਂ ਦੇ ਖਿਲਾਫ ਮਨਾਂ 'ਚ ਕਿਵੇਂ ਨਫ਼ਰਤ ਭਰੀ ਗਈ। ਅਤੇ ਇਹਨਾਂ 8 ਸਾਲਾਂ 'ਚ ਲੋਕ ਸਾਰਾ ਕੁਝ ਦੇਖ ਚੁੱਕੇ ਨੇ, ਸਮਝ ਚੁੱਕੇ ਨੇ ਕਿ ਸੱਤਾ ਦੀ ਲਾਲਚ ਵਾਸਤੇ ਝੂਠੀ ਸੌਂਹਾਂ, ਝੂਠੇ ਲਾਰੇ, ਝੂਠੇ ਵਾਅਦੇ ਕਰਕੇ ਇਹਨਾਂ ਨੇ ਪੰਜਾਬ ਨੂੰ ਇਕੱਲੇ ਲੁੱਟਿਆ ਹੈਗਾ, ਅਤੇ ਕਾਂਗਰਸੀਆਂ ਨੇ ਲੁੱਟਿਆ, ਇਹ ਆਮ ਆਦਮੀ ਵੀ ਲੁੱਟ ਰਹੀ ਹੈ। ਅਤੇ ਹੁਣ ਲੋਕਾਂ ਦੇ ਹੱਥ ਖੜ੍ਹੇ ਹੋ ਗਏ ਕਿ ਹੁਣ ਇਹ ਲੁੱਟ ਅਸੀਂ ਬੰਦ ਕਰਨੀ ਹੈ, ਅਤੇ ਪੰਜਾਬ ਦੇ ਖਿਲਾਫ ਇਹਨਾਂ ਤਾਕਤਾਂ ਦੇ ਖਿਲਾਫ ਅਸੀਂ ਲੜਨਾ ਹੈ, ਜਿਹਦੇ ਕਰਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ। ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਤਕੜੇ ਹੋ ਕੇ ਸਾਰੇ ਗਿਲੇ ਸ਼ਿਕਵੇ ਛੱਡ ਕੇ, ਇਹਨਾਂ ਦੇ ਝੂਠ ਨੂੰ ਛੱਡ ਕੇ, ਇਹਨਾਂ ਦੇ ਮੱਕੜ ਜਾਲ ਜਿਹੜੇ ਗੱਲਾਂ ਦਾ ਕੜਾ ਬਣਾਉਂਦਾ ਹੈ ਭਗਵੰਤ ਮਾਨ, ਉਹ ਇਹਦੀ ਧੀ ਨਹੀਂ ਸਾਰਿਆਂ ਦੇ ਸਾਹਮਣੇ ਰੱਖਦਾ ਕਿ ਜਿਹੜਾ ਆਪਦੇ ਬੱਚਿਆਂ ਦਾ ਨਹੀਂ ਹੋ ਸਕਦਾ ਜੀ। ਬੱਚੇ ਤਾਂ ਬੇਗਾਨੇ ਹੁੰਦੇ ਨਹੀਂ, ਤੁਸੀਂ ਡਾਇਵੋਰਸ ਘਰ ਵਾਲੀ ਤੋਂ ਲੈ ਸਕਦੇ ਹੋ, ਲੇਕਿਨ ਬੱਚਿਆਂ ਨਾਲ ਤਾਂ ਡਾਇਵੋਰਸ ਇਨਸਾਨ ਦਾ ਹੋ ਹੀ ਨਹੀਂ ਸਕਦਾ ਪਿਓ ਦਾ ਨਾ ਜੀ। ਅਤੇ ਜੇ ਧੀ ਨੇ ਜਗ ਜ਼ਾਹਿਰ ਕਰਦਾ ਕਿ ਆਪਣਾ ਮੇਰਾ ਪਿਓ ਕਿਹੋ ਜਿਹਾ, ਪੰਜਾਬ ਵਾਲੇ ਜਾਗ ਜਾਓ, ਫਿਰ ਬੇਨਤੀ ਕਰਦੀ ਹਾਂ ਸਾਰੇ ਪੰਜਾਬੀਓ, ਆਪਣੇ ਅੱਖਾਂ 'ਚ ਜਿਹੜੀ ਪੱਟੀਆਂ ਪਾਈ ਹੋਈਆਂ ਨੇ ਇਹਦੇ ਮੱਕੜ ਜਾਲ ਗੱਲਾਂ ਵੱਲਾਂ ਤੋਂ, ਤੁਸੀਂ ਹੁਣ ਧਿਆਨ ਭਟਕਾਉਣ ਦਾ ਸਮਾਂ ਖਤਮ ਹੋਇਆ, ਅਸਲੀਅਤ ਨੂੰ ਪਹਿਚਾਣ ਲਓ, ਇਹਦੇ ਘਰਾਂ ਦੀ ਘਰ ਵਾਲਿਆਂ ਦੀ ਗੱਲ ਸੁਣ ਲਓ, ਅਤੇ ਇਸ ਬੰਦੇ ਦਾ ਇਹਨਾਂ ਪਾਰਟੀਆਂ ਦਾ ਇਹਨਾਂ ਦਾ ਪੱਲਾ ਛੱਡੋ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਅਤੇ ਪੰਜਾਬ ਨੂੰ ਬਚਾਓ। ਥੈਂਕ ਯੂ ਜੀ। ਹਮਲਾ ਹੋਇਆ ਬੀਤੇ ਦਿਨ ਉਹਨੂੰ ਕਿਸ ਤਰ੍ਹਾਂ ਦੇਖਿਆ? ਬਹੁਤ ਹੀ ਮੰਦਭਾਗੀ ਗੱਲ ਅਤੇ ਬਹੁਤ ਹੀ ਖਤਰੇ ਦੀ ਵੀ ਘੰਟੀ ਹੈਗੀ। ਮੈਨੂੰ ਤਾਂ ਬਲਕਿ ਯਾਦ ਆ ਰਿਹਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਪੰਜਾਬ ਤੋਂ ਗਿਆ ਸੀਗਾ ਜਿਹੜਾ ਅੱਜ ਮੁੱਖ ਮੰਤਰੀ ਬਣੀ ਬੈਠਿਆ, ਇਸ ਬੰਦੇ ਨੇ ਵੀ ਵੀਡੀਓ ਰਿਕਾਰਡਿੰਗ ਕਰਕੇ ਇਸ ਸੰਸਦ ਦੇ ਸਾਰੇ ਸਿਕਿਉਰਿਟੀ ਦੀ ਇਹੋ ਜਿਹੀ ਧੱਜੀਆਂ ਉਡਾਈ ਸੀ ਕਿ ਪਾਰਟੀਆਂ ਨੇ ਚੱਕ ਕੇ ਇਹਨੂੰ ਪਾਰਲੀਮੈਂਟ ਤੋਂ ਬਾਹਰ ਸਿੱਟਿਆ ਸੀ। ਇਹ ਅੱਡ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਤਾ, ਲੇਕਿਨ ਹਾਂ ਇਹ ਬਿਲਕੁਲ ਸਹੀ ਹੈ, ਪੂਰੇ 22 ਸਾਲ ਬਾਅਦ ਕੱਲ੍ਹ ਦੇ ਦਿਨ ਜਿੱਥੇ 22 ਸਾਲ ਪਹਿਲੇ ਵੱਡਾ ਹਮਲਾ ਹੋਇਆ ਸੀਗਾ, ਬਹੁਤ ਵੱਡੀ ਸ਼ਹਾਦਤ ਸਾਡੇ ਪੁਲਿਸ ਦੀ ਫੌਜ ਨੇ ਦਿੱਤੀ, ਕੱਲ੍ਹ ਇੱਕ ਵਾਰ ਫਿਰ ਇਹੋ ਜਿਹੀ ਚੀਜ਼ ਕੀਤੀ ਗਈ ਹੈ। ਮੈਂ ਸਮਝਦੀ ਹਾਂ ਕਿ ਨਵੀਂ ਪਾਰਲੀਮੈਂਟ ਤਾਂ ਬਣਾਤੀ, ਕਿਹੜੀ ਜ਼ੋਰ ਜ਼ਬਰ ਦੇ ਨਾਲ ਜਲਦੀ 'ਚ ਇਹਨੂੰ ਉਦਘਾਟਨ ਕਰਨ 'ਚ ਸਾਰਾ ਕੁਛ ਕਰਤਾ, ਲੇਕਿਨ ਜਿਹੜੀ ਸਿਕਿਉਰਿਟੀ ਦਾ ਜਿਹੜਾ ਧਿਆਨ ਰੱਖਣਾ ਸੀ, ਨਾ ਬਣਾਉਣ ਦੇ ਸਮੇਂ, ਨਾ ਉਹਦੇ ਵਿੱਚ ਸਾਰਿਆਂ ਨੂੰ ਬਿਠਾਉਣ ਦੇ ਸਮੇਂ, ਅਤੇ ਨਾ ਹੀ ਉਹਦੇ ਬਾਅਦ ਉਹਦੇ ਵੱਲ ਪੂਰਾ ਧਿਆਨ ਦਿੱਤਾ ਗਿਆ। ਅਤੇ ਇਹ ਇੱਕ ਸਾਫ਼ ਸੰਕੇਤ ਹੈ ਕਿ ਕਾਲਜ ਦੇ ਨੌਜਵਾਨ ਜੇ ਬੱਚੇ ਬੱਚੇ ਨੇ ਜਾ ਕੇ ਆਹ ਕੁਛ ਕਰਤਾ, ਅਤੇ ਜੇ ਕਿਸੇ ਦਾ ਮਾੜੇ ਇਰਾਦੇ ਹੁੰਦੇ ਤਾਂ ਉਹ ਤਾਂ ਪਤਾ ਨਹੀਂ ਕਿੰਨਾ ਕੁਛ ਨੁਕਸਾਨ ਕਰ ਸਕਦੇ ਸੀ। ਤਾਂ ਸਰਕਾਰ ਨੂੰ ਜਾਗਣਾ ਚਾਹੀਦਾ ਅਤੇ ਦੇਖਣਾ ਚਾਹੀਦਾ ਆਪਣੇ ਕੰਮਕਾਜ।